ਤਸਵੀਰਾਂ ਚੰਡੀਗੜ੍ਹ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਾਰਕ ਦੇ ਵਿੱਚ ਬੈਠੇ ਹੋਏ ਕਿਸਾਨ ਆਗੂ ਪੰਦੇਰ ਦਿਖਾਈ ਦੇ ਰਹੇ ਨੇ, ਉਹਨਾਂ ਦੇ ਨਾਲ ਕਈ ਹੋਰ ਕਿਸਾਨ ਆਗੂ ਨੇ। ਇਹਨਾਂ ਦੇ ਵੱਲੋਂ ਹੀ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਜਾਣੀ ਹੈ, ਪਰ ਕੇਂਦਰ ਦੇ ਮੰਤਰੀ ਚੰਡੀਗੜ੍ਹ ਪਹੁੰਚਣ ਦੇ ਵਿੱਚ ਲੇਟ ਹੋ ਗਏ, ਜਿਸ ਕਰਕੇ ਕਿਸਾਨ ਆਗੂ ਦੇਖੋ ਕਿਵੇਂ ਭਵਨ ਦੇ ਬਾਹਰ ਬੈਠ ਕੇ ਹੀ ਕੇਂਦਰੀ ਮੰਤਰੀਆਂ ਦੀ ਉਡੀਕ ਕਰ ਰਹੇ ਨੇ। ਤਾਂ ਦੱਸ ਦਈਏ ਕਿ ਮੀਟਿੰਗ ਹਾਲ ਦੇ ਬਾਹਰ ਧਰਤੀ 'ਤੇ ਬੈਠੇ ਨੇ ਕਿਸਾਨ ਆਗੂ, ਇਹਨਾਂ ਦੇ ਵਿੱਚ ਸਰਵਣ ਸਿੰਘ ਪੰਦੇਰ ਵੀ ਨੇ ਅਤੇ ਹੋਰ ਲੋਕ ਜਿਹੜੇ ਕਿ ਕਿਸਾਨ ਆਗੂ ਨੇ ਉਹ ਵੀ ਇਹਨਾਂ ਦੇ ਵਿੱਚ ਸ਼ਾਮਿਲ ਨੇ। ਤਾਂ ਦੱਸ ਦਈਏ ਕਿ ਚੌਥੇ ਗੇੜ ਦੀ ਮੀਟਿੰਗ ਹੈ, ਅੱਜ ਚੌਥੀ ਮੀਟਿੰਗ ਹੋਣ ਜਾ ਰਹੀ ਹੈ ਕੇਂਦਰੀ ਮੰਤਰੀਆਂ ਦੀ ਕਿਸਾਨਾਂ ਦੇ ਨਾਲ। 6 ਵਜੇ ਦਾ ਸਮਾਂ ਰੱਖਿਆ ਗਿਆ ਸੀ ਅਤੇ ਕਿਸਾਨ ਆਗੂ ਸਮੇਂ ਤੋਂ ਪਹਿਲਾਂ ਹੀ ਮੀਟਿੰਗ ਵਾਲੀ ਥਾਂ 'ਤੇ ਪਹੁੰਚ ਜਾਂਦੇ ਨੇ, ਪਰ ਕੇਂਦਰੀ ਮੰਤਰੀ ਸਮੇਂ ਸਿਰ ਨਹੀਂ ਪਹੁੰਚ ਪਾਉਂਦੇ, ਜਿਸ ਕਰਕੇ ਕਿਸਾਨ ਬਾਹਰ ਬੈਠ ਕੇ ਵੇਟ ਕਰ ਰਹੇ ਨੇ ਕੇਂਦਰੀ ਮੰਤਰੀਆਂ ਦੀ। ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਾਮਲ ਹੋਣਗੇ। ਕੇਂਦਰ ਦੇ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਅਸਲੀ ਮਸਲੇ ਦਾ ਹੱਲ ਚਾਹੁੰਦੇ ਹਾਂ, ਅਸੀਂ ਧਰਨੇ ਨਹੀਂ ਚਾਹੁੰਦੇ, ਸਰਕਾਰ ਮਾਮਲਾ ਲਟਕਾਉਣਾ ਚਾਹੁੰਦੀ ਹੈ। ਕਿਸਾਨ ਲੀਡਰਾਂ ਨੇ ਇਹ ਬਿਆਨ ਦਿੱਤੇ ਨੇ। ਤਾਂ ਵੱਡੀ ਖਬਰ ਹੈ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਪਾਰਕ ਦੇ ਵਿੱਚ ਬੈਠ ਕੇ ਕੇਂਦਰੀ ਮੰਤਰੀਆਂ ਦੀ ਉਡੀਕ ਕਰ ਰਹੇ ਨੇ ਕਿਸਾਨ ਆਗੂ। ਥੋੜ੍ਹੀ ਦੇਰ 'ਚ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪਹਿਲਾਂ ਵਾਲੀਆਂ ਮੀਟਿੰਗਾਂ ਦੇ ਵਾਂਗ ਕੀ ਇਹ ਮੀਟਿੰਗ ਵੀ ਬੇਸਿਕਤਾ ਰਹੇਗੀ, ਜਾਂ ਫਿਰ ਇਸ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲੇ ਲਏ ਜਾ ਸਕਦੇ ਨੇ। ਉਹਨਾਂ ਚਿਰ ਦੇਖੋ ਇਹ ਤਸਵੀਰਾਂ ਜੋ ਚੰਡੀਗੜ੍ਹ ਤੋਂ ਸਾਹਮਣੇ ਆ ਰਹੀਆਂ ਨੇ। ਤਸਵੀਰਾਂ ਚੰਡੀਗੜ੍ਹ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਾਰਕ ਦੇ ਵਿੱਚ ਬੈਠੇ ਹੋਏ ਕਿਸਾਨ ਆਗੂ ਪੰਦੇਰ ਦਿਖਾਈ ਦੇ ਰਹੇ ਨੇ, ਉਹਨਾਂ ਦੇ ਨਾਲ ਕਈ ਹੋਰ ਕਿਸਾਨ ਆਗੂ ਨੇ। ਇਹਨਾਂ ਦੇ ਵੱਲੋਂ ਹੀ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਜਾਣੀ ਹੈ, ਪਰ ਕੇਂਦਰ ਦੇ ਮੰਤਰੀ ਚੰਡੀਗੜ੍ਹ ਪਹੁੰਚਣ ਦੇ ਵਿੱਚ ਲੇਟ ਹੋ ਗਏ, ਜਿਸ ਕਰਕੇ ਕਿਸਾਨ ਆਗੂ ਦੇਖੋ ਕਿਵੇਂ ਭਵਨ ਦੇ ਬਾਹਰ ਬੈਠ ਕੇ ਹੀ ਕੇਂਦਰੀ ਮੰਤਰੀਆਂ ਦੀ ਉਡੀਕ ਕਰ ਰਹੇ ਨੇ। ਤਾਂ ਦੱਸ ਦਈਏ ਕਿ ਮੀਟਿੰਗ ਹਾਲ ਦੇ ਬਾਹਰ ਧਰਤੀ 'ਤੇ ਬੈਠੇ ਨੇ ਕਿਸਾਨ ਆਗੂ, ਇਹਨਾਂ ਦੇ ਵਿੱਚ ਸਰਵਣ ਸਿੰਘ ਪੰਦੇਰ ਵੀ ਨੇ ਅਤੇ ਹੋਰ ਲੋਕ ਜਿਹੜੇ ਕਿ ਕਿਸਾਨ ਆਗੂ ਨੇ ਉਹ ਵੀ ਇਹਨਾਂ ਦੇ ਵਿੱਚ ਸ਼ਾਮਿਲ ਨੇ। ਤਾਂ ਦੱਸ ਦਈਏ ਕਿ ਚੌਥੇ ਗੇੜ ਦੀ ਮੀਟਿੰਗ ਹੈ, ਅੱਜ ਚੌਥੀ ਮੀਟਿੰਗ ਹੋਣ ਜਾ ਰਹੀ ਹੈ ਕੇਂਦਰੀ ਮੰਤਰੀਆਂ ਦੀ ਕਿਸਾਨਾਂ ਦੇ ਨਾਲ। 6 ਵਜੇ ਦਾ ਸਮਾਂ ਰੱਖਿਆ ਗਿਆ ਸੀ ਅਤੇ ਕਿਸਾਨ ਆਗੂ ਸਮੇਂ ਤੋਂ ਪਹਿਲਾਂ ਹੀ ਮੀਟਿੰਗ ਵਾਲੀ ਥਾਂ 'ਤੇ ਪਹੁੰਚ ਜਾਂਦੇ ਨੇ, ਪਰ ਕੇਂਦਰੀ ਮੰਤਰੀ ਸਮੇਂ ਸਿਰ ਨਹੀਂ ਪਹੁੰਚ ਪਾਉਂਦੇ, ਜਿਸ ਕਰਕੇ ਕਿਸਾਨ ਬਾਹਰ ਬੈਠ ਕੇ ਵੇਟ ਕਰ ਰਹੇ ਨੇ ਕੇਂਦਰੀ ਮੰਤਰੀਆਂ ਦੀ। ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸ਼ਾਮਲ ਹੋਣਗੇ। ਕੇਂਦਰ ਦੇ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਅਸਲੀ ਮਸਲੇ ਦਾ ਹੱਲ ਚਾਹੁੰਦੇ ਹਾਂ, ਅਸੀਂ ਧਰਨੇ ਨਹੀਂ ਚਾਹੁੰਦੇ, ਸਰਕਾਰ ਮਾਮਲਾ ਲਟਕਾਉਣਾ ਚਾਹੁੰਦੀ ਹੈ। ਕਿਸਾਨ ਲੀਡਰਾਂ ਨੇ ਇਹ ਬਿਆਨ ਦਿੱਤੇ ਨੇ। ਤਾਂ ਵੱਡੀ ਖਬਰ ਹੈ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਪਾਰਕ ਦੇ ਵਿੱਚ ਬੈਠ ਕੇ ਕੇਂਦਰੀ ਮੰਤਰੀਆਂ ਦੀ ਉਡੀਕ ਕਰ ਰਹੇ ਨੇ ਕਿਸਾਨ ਆਗੂ। ਥੋੜ੍ਹੀ ਦੇਰ 'ਚ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋਣ ਜਾ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪਹਿਲਾਂ ਵਾਲੀਆਂ ਮੀਟਿੰਗਾਂ ਦੇ ਵਾਂਗ ਕੀ ਇਹ ਮੀਟਿੰਗ ਵੀ ਬੇਸਿਕਤਾ ਰਹੇਗੀ, ਜਾਂ ਫਿਰ ਇਸ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲੇ ਲਏ ਜਾ ਸਕਦੇ ਨੇ। ਉਹਨਾਂ ਚਿਰ ਦੇਖੋ ਇਹ ਤਸਵੀਰਾਂ ਜੋ ਚੰਡੀਗੜ੍ਹ ਤੋਂ ਸਾਹਮਣੇ ਆ ਰਹੀਆਂ ਨੇ।